ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਾਠ ਕਲਾਂ। ਬਾਠਾਂ ਕਲਾਂ ਪਿੰਡ ਹੈਗਾ ਦੋਸਤੋ, ਬਿਲਕੁਲ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਦਾ ਪਿੰਡ ਆ। ਜੇਕਰ ਦੋਸਤੋ ਤੁਸੀਂ ਇਸ ਪਿੰਡ ਆਉਣਾ ਵਿਜ਼ਿਟ ਕਰਨੀ ਆ ਤਾਂ ਬਿਲਕੁਲ ਨਕੋਦਰ ਤੋਂ ਫਲੌਰ ਵਾਲੀ ਜਿਹੜੀ ਦੋਸਤੋ ਸੜਕਾਂ ਰੋਡ ਆ, ਉਸ ਤੋਂ ਵੀ ਤੁਸੀਂ ਵੀਰ ਪਿੰਡ ਤੋਂ ਵੀ ਜਿਹੜੀ ਦੋਸਤੋ ਇਸ ਪਿੰਡ ਵਿਜ਼ਿਟ ਕਰ ਸਕਦੇ ਹੋ। ਅਤੇ ਜੇਕਰ ਵੀਰ ਕਿਸੇ ਨੇ ਨਕੋਦਰ ਤੋਂ ਜਗਰਾਵਾਂ ਸਿੱਧਵਾਂ ਬੇਟ ਵਾਲੀ ਜਿਹੜੀ ਦੋਸਤੋ ਸੜਕ ਆ, ਉਸ ਸੜਕ ਤੋਂ ਵੀ ਤੁਸੀਂ ਮਹਿਤਪੁਰ ਪਿੰਡ ਅਤੇ ਮਹਿਤਪੁਰ ਤੋਂ ਪਿੰਡ ਬਾਠਾਂ ਕਲਾਂ ਜਿਹੜੀ ਦੋਸਤੋ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਅੱਜ ਆਪਾਂ ਵੀਰ ਦੇ ਕੋਲ ਆਏ ਹਾਂ, ਪਹਿਲੀ ਵੀਡੀਓ ਆ ਦੋਸਤੋ ਆਪਣੀ ਇਸ ਕਾਸੋਂ, ਅਤੇ ਪਸ਼ੂ ਵਪਾਰ ਦਾ ਕੰਮ ਆ, ਵਿਕਰੀ ਵਾਲੇ ਪਸ਼ੂ ਜਿਹੜੇ ਆ ਆਉਂਦੇ ਆ ਇੱਥੇ, ਠੀਕ ਆ ਜੀ। ਵੱਡੀ ਗਿਣਤੀ ਦੇ ਵਿੱਚ ਆਉਂਦੇ, ਕਈ ਵਾਰ ਅੱਠ ਅੱਠ ਦਸ ਦਸ ਨਗ ਵੀ ਹੁੰਦੇ ਆ, ਅਤੇ ਕਈ ਵਾਰ ਪੰਜ ਪੰਜ ਸੱਤ ਸੱਤ ਨਗ ਜਿਹੜੇ ਆ, ਮੱਝਾਂ ਗਾਵਾਂ ਦੋਨੋਂ ਜਿਹੜੀਆਂ ਦੋਸਤੋ ਕੈਟਾਗਰੀਆਂ ਹੁੰਦੀਆਂ ਨੇ, ਗਾਵਾਂ ਵੀ ਹੁੰਦੀਆਂ ਨੇ ਜ਼ਿਆਦਾਤਰ, ਅਤੇ ਮੱਝਾਂ ਵੀ ਹੁੰਦੀਆਂ ਨੇ, ਠੀਕ ਆ। ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਵਿਹੜਾਂ ਦਿਖਾਵਾਂਗੇ, ਜਿਨ੍ਹਾਂ ਦੇ ਵਿੱਚੋਂ ਤਿੰਨ ਵਿਹੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ, ਅਤੇ ਇੱਕ ਵਿਹੜ ਬਿਲਕੁਲ ਗੱਬਣ। ਅੱਜ ਦੋਸਤੋ 30 ਆਪਾਂ ਜੁਲਾਈ ਨੂੰ ਵੀਡੀਓ ਬਣਾ ਰਹੇ ਹਾਂ, ਸਮਾਂ ਤੁਸੀਂ ਨੋਟ ਕਰ ਲਓ, ਕੋਈ ਮੋਰਨਿੰਗ ਦੇ 10:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ। ਥੋੜ੍ਹਾ ਜਿਹਾ ਆਉਣ ਦੇ ਵਿੱਚ ਦੇਰੀ ਹੋ ਗਈ, ਵੈਸੇ 8:30 ਵਜੇ ਤੱਕ ਆਪਾਂ ਵਿਜ਼ਿਟ ਕਰਨੀ ਸੀਗੀ, ਅਤੇ ਥੋੜ੍ਹਾ ਜਿਹਾ ਆਪ ਦੇਰੀ ਹੋ ਗਈ, ਇਸ ਕਰਕੇ ਜਿਹੜੀ ਦੋਸਤੋ ਵੀਡੀਓ ਥੋੜ੍ਹੀ ਜਿਹੀ ਲੇਟ ਬਣਨ ਜਾ ਰਹੀ ਆ। ਉਸ ਅਕੋਰਡਿੰਗ ਤੁਸੀਂ ਟਾਈਮ ਟੂ ਟਾਈਮ ਜਿਹੜੀ ਆਪਣੀ ਚਵਾਈ ਆ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ, ਠੀਕ ਆ। ਗੱਬਣ ਪਸ਼ੂ ਨੂੰ ਜਿਹੜਾ ਤਿਪ ਕੇ ਤਸੱਲੀ ਕਰ ਲਿਓ। ਆਓ ਕਰਦੇ ਹਾਂ ਗੱਲਬਾਤ ਵੀਰ ਤੋਂ, ਪੁੱਛ ਲੈਂਦੇ ਹਾਂ ਕੀ ਡਿਟੇਲ ਆ। ਸਭ ਤੋਂ ਪਹਿਲਾਂ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਰ, ਸਤਿ ਸ਼੍ਰੀ ਅਕਾਲ ਭਾਅ ਜੀ। ਹੋਰ ਭਰਾ ਜੀ ਠੀਕ ਠਾਕ? ਕਿਰਪਾ ਭਾਅ ਜੀ, ਮਾਲਕ ਦੀ ਕਿਰਪਾ। ਸ਼ੁਕਰ ਆ ਜੀ। ਅਤੇ ਇੱਕ ਵੀਰ ਜੀ ਆਪਣਾ ਨਾਮ ਦੱਸੀਏ। ਨਾਮ ਭਾਅ ਜੀ ਨਿਰਮਲ ਸਿੰਘ। ਨਿਰਮਲ ਸਿੰਘ, ਹਾਂ, ਪਿੰਡ ਬਾਠ ਕਲਾਂ ਪਿੰਦਾ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ। ਠੀਕ ਹੈ ਜੀ। ਨਿਰਮਲ ਭਾਈ, ਨਾਲ ਲੱਗਦੇ ਹੋਰ ਪਿੰਡ ਕਿਹੜੇ ਕਿਹੜੇ ਆਉਂਦੇ ਨਕੋਦਰ ਦੇ ਆਪਣੇ? ਬਿਲਕੁਲ ਨਾਲ ਆਪਣੇ ਤੇ ਕਿਲੋਮੀਟਰ ਤੇ ਮੇਵਾ ਪਿੰਡ ਪੈਂਦਾ, ਵੱਡਾ ਪਿੰਡ ਆ ਮੇਵਾ, ਤੇ ਮਹਿਤਪੁਰ 3 ਕਿਲੋਮੀਟਰ ਆ, ਹਾਂ, ਤੇ ਇਧਰ ਨੂਰਮਲ 6-7 ਕਿਲੋਮੀਟਰ ਆ, ਠੀਕ ਹੈ, ਤੇ ਨਕੋਦਰ ਆਪਣਾ 7-8 ਕਿਲੋਮੀਟਰ, ਨਕੋਦਰ ਵੀ 7 ਕਿਲੋਮੀਟਰ ਹੀ ਰਹਿ ਗਿਆ। ਹਾਂਜੀ ਹਾਂਜੀ ਭਾਈ, ਠੀਕ ਆ। ਤੇ ਬਾਕੀ ਵੀਰ ਅੱਜ ਪਸ਼ੂ ਜਿਹੜੇ ਆ ਸਾਰੇ, ਇਹ ਜ਼ਿਆਦਾਤਰ ਨਗ ਜਿਹੜੇ ਆ ਸੂਏ ਸੂਏ ਹੋਏ ਭਾਅ ਜੀ, 3 ਪੈੜਾਂ ਸੋਈਆਂ ਹੋਈਆਂ ਆ, ਤੇ ਇੱਕ ਬੱਚੀ ਕੱਪਣ ਆ ਭਾਅ ਜੀ। ਠੀਕ ਹੈ ਵੀਰ, ਤੇ ਆਓ ਕਰੀਏ ਡਿਟੇਲ ਸਾਂਝੀ। ਹਾਂਜੀ ਭਾਅ ਜੀ, ਇਹ ਤੋਂ ਸੋ ਪਹਿਲੇ ਨੰਬਰ ਤੇ ਵੀਰ ਜਿਹੜੀ ਇਹ ਵੈੜ ਆਪਣੇ ਕੋਲ ਆ, ਸੂਗਾ ਕਿਨਮਾਂ ਤੇ ਕਿੰਨੇ ਦਿਨਾਂ ਦੀ ਸੂਈ ਆ? ਸੂਗਾ ਭਾਅ ਜੀ ਇਹਦਾ ਵਧਾ ਲੈਂਦੇ ਹੈਗੇ ਆਪਾਂ, ਸੂਏ ਤਕਰੀਬਨ ਦੂਜੇ ਕੀ ਹੁੰਦੇ ਆਮ ਕਰਕੇ, ਇਹ ਭਾਅ ਜੀ ਤੀਜਾ ਸੂਆ ਸੂਈ ਹੋਈ ਆ ਮੇਰਾ ਵੀਰ, ਤੀਜਾ ਸੂਆ। ਨਹੀਂ ਤਾਂ ਨਾਰਮਲੀ ਦੂਜੇ ਸੂਏ ਤੋਂ ਵੱਧ ਤਾਂ ਕੋਈ ਭਰਾ ਕਹਿੰਦਾ ਨਹੀਂ, ਵੱਧਦਾ ਨਹੀਂ ਦੂਜੇ ਸੂਏ ਤੋਂ, ਜਿਹੜਾ ਓਰੀਜਨਲ ਆ ਉਹ ਤੀਜਾ ਹੀ ਆ, ਤੀਜਾ ਸੂਆ, ਤੀਜਾ ਕਾ ਸੂਆ ਜਿਹੜਾ ਦੋਸਤੋ, ਫਿਰ ਤੀਜੇ ਦਾ ਮੇਰੇ ਵੀਰ ਇਦਾਂ ਨਾ ਕਹਿਣ ਵੀ ਕੋਈ ਚੌਥਾ ਨਾ ਕਵੇ, ਵੀ 3 ਕਹਿੰਦਾ ਵਪਾਰੀ ਚੌਥਾ ਸੂਆ ਹੋਣਾ, ਵੀ ਇੱਕ ਤਾਂ ਪਹਿਲਾਂ ਹੀ ਵੱਧ ਕੇ ਦੱਸਤਾ ਆਪਾਂ, ਪੂਰੇ ਦੱਸੇ ਆ ਉਹਨਾਂ ਵੀ, ਤੀਜੇ ਦੂਜੇ ਨਹੀਂ ਗਿਆ ਆਪਾਂ, ਵੀ ਜੇ ਦੂਜੇ ਕਹਿੰਦੇ ਫੇ ਅਗਲਾ ਭਰਾ ਮੇਰਾ ਕੋਲ ਤੀਜੇ ਕਰ ਲਵੇ, ਹੈਨਾ, ਬਿਲਕੁਲ, ਤੀਜਾ ਸੂਆ ਬੈਠ ਗਿਆ ਭਾਜੀ, ਬਿਲਕੁਲ, ਤੇ ਠੰਡੀ ਸੀਲ ਬੈਠ ਗਿਆ ਭਾਜੀ, ਤੇ ਦਿਨ ਕਿੰਨੇ ਹੋਏ ਫਿਰ ਸੂਈ? ਦਿਨ ਭਾਜੀ ਇਹਨੂੰ ਕੋਈ 11 ਤੋਂ 12 ਦਿਨ ਬੱਚੀ ਮਗਰ ਆ, ਮਗਰ ਬੱਚੀ ਆ, ਬੱਚੀ ਮਗਰ 12 ਦਿਨ ਹੋ ਗਿਆ, ਤੇ ਦੁੱਧ ਜਿਹੜਾ ਹੁਣ ਲੀਟਰ ਵਾਲਾ ਕਿੰਨਾ ਹਾਜ਼ਰ ਆ ਜੀ? ਭਾਜੀ ਕੰਡੇ ਵਾਲਾ ਜਿਹੜਾ ਤੋਲ ਕੇ ਦੇ ਦਾਂਗੇ 13 ਲੀਟਰ ਹੋ ਤਾਂ ਦੇ ਤਾਂ 13, ਤੇ 12 ਲੀਟਰ ਦੀ ਗਾਰੰਟੀ ਲੈ ਲਵੇ ਭਾ ਮੇਰਾ ਕੋਈ, ਲਓ ਜੀ 12 ਲੀਟਰ ਦੀ ਜਿਹੜੀ ਦੋਸਤੋ ਤੁਸੀਂ ਬਾਈ ਦਾ ਵੀ ਗਾਰੰਟੀ ਦੇ ਦਾਂਗੇ, ਤੇ 13 ਲੀਟਰ ਜਿਹੜਾ ਘਰੇ ਹੁਣ ਦੁੱਧ ਚਵਾਈ ਕਰਦੇ ਪਏ ਨੇ ਉਹ 13 ਲੀਟਰ ਆ, ਠੀਕ ਆ ਜੀ। ਬਾਕੀ ਥਾਂ ਤੁਹਾਨੂੰ ਵੇਖੋ, ਮੱਝਾਂ ਵਾਲਾ ਥਾਣਾ, ਲੰਬਾ ਥਾਣਾ, ਬਿਲਕੁਲ ਸਾਈਜ਼ ਦੇ ਵਿੱਚ, ਆਰਡਰ ਕੁਆਲਿਟੀ ਤੁਸੀਂ ਵੇਖੋ, ਕਿਸੇ ਤਰ੍ਹਾਂ ਦੇ ਭੂਰ ਛੱਟਾ ਨਹੀਂ, ਲਓ ਜੀ ਖੋਲ ਕੇ ਦਿਖਾਉਣੇ ਆਪਾਂ ਤੁਹਾਨੂੰ। ਤੇ ਤਾਜ਼ੀ ਸੂਈ ਆ ਦੋਸਤੋ, ਵੀ 13 ਕੁ ਦਿਨਾਂ ਦੀ ਸੂਈ ਆ, ਤੇ 13 ਕਿਲੋ ਮੇਰਾ ਨੈੱਟ ਦੁੱਧ ਆ, ਕੋਈ 12 ਮੰਨ ਕੇ ਤੁਸੀਂ ਸੌਦਾ ਕਰ ਲਿਓ, ਠੀਕ ਆ। ਸੋ ਹਾਈਟ ਜਿਹੜੀ ਆ ਇੱਕ ਰੰਗ ਆ ਦੋਸਤੋ, ਕੌਫੀ ਕਲਰ ਜਿਹਾ ਰੰਗ ਆ, ਅਤੇ ਹਾਈਟ ਮੀਡੀਅਮ ਤੋਂ ਜਿਹੜੀ ਪਲੱਸ ਆ, ਠੀਕ ਆ ਜੀ, ਮੀਡੀਅਮ ਤੋਂ ਪਲੱਸ ਆ, ਵੱਡੀ ਵੈੜ ਦੇ ਵਿੱਚ ਤੁਸੀਂ ਇਹਨੂੰ ਨੋਟ ਕਰ ਲਿਓ। ਅਤੇ ਬੱਚਾ ਥੱਲੇ ਫੀਮੇਲ ਕਾਫ, ਸੋ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਜੀ। ਬਾਕੀ ਥਣਾਂ ਦੀ ਧਾਰਾਂ ਦੀ ਜਿਹੜੀ ਆ ਦੋਸਤੋ ਏ 1 ਆ,
ਐਨ ਬਿਲਕੁਲ ਜਿਹੜੀ ਦੋਸਤੋ ਫਸਟ ਕਲਾਸ ਆ। ਬਾਕੀ ਵੈਰੀਫਾਈ ਕਰਨ ਵਾਸਤੇ ਘਰ ਵਿਜਿਟ ਕਰ ਲਿਓ, ਚਵਾਈ ਇੱਕ ਟਾਈਮ ਕਰ ਲਿਓ, ਕੋਈ ਦੋ ਟਾਈਮ ਕਰ ਲਿਓ, ਠੀਕ ਹੈ। ਆਹ ਦੇਖੋ ਜਰਾ, ਠੀਕ ਆ। ਅੱਛਾ ਵੀਰੇ, ਮੁੱਲ ਕੀ ਕਰਦੇ ਆ? ਮੁੱਲ ਮੇਰਾ ਵੀਰ, ਆਪਾਂ ਤੁਹਾਡੇ ਚੈਨਲ ਤੇ ਪਹਿਲੀ ਵੀਡੀਓ ਆਪਣੀ ਹੈ, ਮੁੱਲ ਜਾਇਜ਼ ਹੀ ਘਰ ਨੇ ਮੇਰਾ ਵੀਰੇ, ਵੀ ਜਿਹੜੀਆਂ ਪਹਿਲੇ ਦੂਜੇ ਫੋਨ ਤੇ ਚਲੇ ਜਾਣ। ਬਿਲਕੁਲ, ਚਵਾਈ ਦਾ ਕੋਈ ਭੂਰ ਨੀ, ਕੋਈ ਚਿੱਟਾ ਨੀ ਭਾਜੀ, ਬਹੁਤ ਸੋਹਣੀ ਚਵਾਈ, ਚਾਰੇ ਥਣ ਇੱਕੋ ਜਿਹੇ ਗੋਲ ਧਾਰ ਜੀ। ਮੁੱਲ ਭਾਜੀ ਵਾਹਲਾ ਨੀ ਇਹਦਾ, ਮੁੱਲ ਇਹਦਾ 45 ਕਰਾ ਲਾ, 42 ਕਰਾ ਲਾ, 38,000 ਦੇ ਦਾਂਗੇ ਭਾਜੀ। 38,000, 38 ਚੋਂ ਆਏਗਾ, ਭੈਣ ਭਰਾ ਦਾ ਮਾਣ ਤਾਣ ਕਰ ਦਾਂਗੇ, ਠੀਕ ਆ ਜੀ। ਖਰਾ 13 ਕਿਲੋ ਦੁੱਧ ਆ ਭਾਜੀ, ਸਾਂਭੀ ਜਾਵੇ ਨਾ 2-4 ਦਿਨ, ਦੁੱਧ ਵਧਾਊਗੀ ਬੈੜੀ ਹੋਰ ਭਾਜੀ, ਵਧੂਗੀ, ਹਾਂ ਵਧੂ। 38,000 ਜਿਹੜੀ ਦੋਸਤੋ ਫਾਈਨਲੀ ਜਿਹੜੀ ਆ, ਫਾਈਨਲੀ ਜਿਹੜਾ ਰੇਟ 38,000 ਦੇ ਵਿੱਚ ਦੇ ਲਿਆ, ਠੀਕ ਆ। ਦੀ ਕਦਰੀ ਹੈਗੀ ਆ ਦੁੱਧ ਨੂੰ, ਉਹ ਵੀ ਪਸ਼ੂ ਨੂੰ ਫਰਕ ਪਿਆ ਹੋਇਆ ਨਾ, ਥੋੜਾ ਮੱਛਰ ਕੁਤਰੀ ਨਾਲ ਥੋੜਾ ਫਰਕ ਆ। ਬਿਲਕੁਲ ਬਿਲਕੁਲ ਬਿਲਕੁਲ। ਤੇ ਆਹ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਬੈਠ ਸੀ, ਠੀਕ ਆ, ਪਸੰਦ ਆਊਗੀ ਘਰੇ ਨੂੰ ਵੀਰ ਨੇ ਖਰੀਦਣੀਆਂ, ਤੁਸੀਂ ਬੇਚੈਂਤ ਹੋ ਕੇ ਜਿਹੜਾ ਖਰੀਦ ਕਰ ਸਕਦੇ ਹੋ, ਘਰ ਚਵਾਈ ਕਰਕੇ ਦੋ ਟਾਈਮ ਤਸੱਲੀ ਕਰ ਲਿਓ। ਇਸ ਤੋਂ ਬਾਅਦ ਇੱਕ ਫੁੱਲ ਵੱਡੀ ਜਿਹੜੀ ਦੋਸਤੋ ਫਾਰਮ ਵਾਲੀ ਬੈਠ ਆ, ਠੀਕ ਆ, ਐਚ ਐਫ। ਇਹ ਐਚ ਐਫ ਬੈਠ ਆਪਾਂ ਮਤਲਬ ਕਿ ਸੂਈ ਤਾਜ਼ੀ ਹੈ ਜੀ, ਤਾਜ਼ੀ ਭਾਜੀ, ਇਹਦਾ ਸੂਆ ਯਾਰ ਹੋਊਗਾ ਕੋਈ ਸੋਹਣਾ 17 ਦਿਨਾਂ ਦਾ, 17 ਦਿਨਾਂ ਦਾ, ਜਿੰਨਾ ਕਹਿ ਕੇ ਕੋਈ ਡਬਲ ਵੀਰ ਰੁਪਏ ਮੰਨੇ, ਪਹਿਲਾਂ ਹੀ ਉਹਨੂੰ ਐਡਵਾਂਸ ਦੱਸ ਦਾਂਗੇ, 5-4 ਦਿਨ ਪਹਿਲਾਂ ਚਲੋ ਵਧਾ ਕੇ ਦੱਸ ਦਾਂਗੇ ਵੀ ਆਹ ਪਈ ਹੈਗਾ। ਇਹ ਲਈ ਵੀ ਆਪਾਂ ਮੈਨੂੰ ਤਾਂ ਵੀ ਕੱਚੀ ਸੀ ਨਾ, ਕੱਚੀ ਲਈ ਸੀ ਭਾਜੀ, ਤੇ ਆਪਣੇ ਹੱਥੀ ਸਵਾਈ ਇਸ ਕਰਕੇ ਵੀ ਪਤਾ ਹੈ ਵੀ 15-16 ਦਿਨ ਹੀ ਹੋ, ਹਾਂ 16-17 ਦਿਨ ਭਾਜੀ। ਅੱਛਾ ਤੇ ਫਿਰ ਕਿੰਨਾ ਹੁਣ ਦੁੱਧ ਥੱਲੇ ਮਿਲਕ ਕਿੰਨਾ ਜੇ ਭਾਜੀ? ਦੁੱਧ ਤਾਂ ਕਹਿਣ ਨੂੰ ਭਾਵੇਂ ਚੱਡੇ ਹਿਸਾਬ ਨਾਲ 25 ਲੀਟਰ ਵੀ ਕਹਿ ਦਈਏ, ਪਰ ਮਜ਼ਾ ਨਹੀਂ ਜਿਹੜਾ ਆਪਾਂ ਤੋਲ ਦੇਣਾ ਨਾ ਦੁੱਧ ਝੱਗ ਵਾਲਾ, 20 ਲੀਟਰ ਤੋਲ ਦਾਂਗੇ ਕੰਡੇ ਨਾਲ, 18 ਲੀਟਰ ਭਾਜੀ, 18 ਲੀਟਰ। ਸੋ ਵੱਡੇ ਕੱਦ ਕੱਦ ਤੇ ਹੀ ਆ ਦੋਸਤੋ, ਫੁੱਲ ਵੱਡੀ ਹਾਈਟ ਆ, ਠੀਕ ਆ, ਪਰਲੇ ਬੰਦੇ ਬੰਨੇ ਜੇਕਰ ਦੋਸਤੋ ਬੰਦਾ ਖੜ ਜੇ ਤੇ ਉਹ ਜਿਹੜਾ ਦੋਸਤੋ ਲੁਕ ਜਾਂਦਾ, ਐਡੀ ਹਾਈਟ ਆ, ਫਾਰਮ ਵਾਲੀ ਬੈੜ ਆ। ਤੇ ਸੂਆ ਦੂਜਾ ਹੋਊਗਾ ਤੀਜਾ ਜੀ? ਕੋਈ ਵੀਰ ਤੀਜਾ ਮੰਨ ਲਏ, ਕੋਈ ਵੀਰ ਦੂਜਾ ਸਮਝ ਲਏ, ਵੈਸੇ ਤੀਜਾ ਵੀ ਹੋ ਸਕਦੀ ਹੈ, ਠੀਕ ਹੈ ਜੀ। ਤੇ ਵੱਡੀ ਬੈੜ ਆ, ਫੁੱਲ ਵੱਡੀ ਬੈੜ ਆ ਦੋਸਤੋ, ਤੇ ਹਵਾਨੀ ਦਾ ਬਿਲਕੁਲ ਸਟਰਕਚਰ ਤੁਸੀਂ ਦੇਖੋ, ਗਿੱਠ ਗਿੱਠ ਦਾ ਥਾਣਾ ਦੋਸਤੋ, ਠੀਕ ਆ। ਤੇ 18 ਲੀਟਰ ਕੋਈ ਵੀਰ ਤਸੱਲੀ ਵਾਲਾ ਜਿਹੜਾ ਦੋਸਤੋ ਦੁੱਧ ਦਾ ਮੌਕੇ 'ਤੇ ਹਾਜ਼ਰ, ਉਹ 18 ਲੀਟਰ ਆ ਪੂਰਾ, ਵੈਸੇ ਵਿਖਾਲਾ 20 ਆ, ਬਾਲਟੀ 'ਚ ਪਲੱਸ ਵੀ ਹੋ ਸਕਦਾ ਝੱਗ ਸਮੇਤ, ਪਰ ਕਿਸੇ ਵੀਰ ਨੇ ਜਿਹੜੀ ਮਿਣਤੀ ਗਿਣਤੀ ਵਾਲਾ ਗੱਲ ਕਰੀਏ ਤੇ ਉਹ ਬਿਲਕੁਲ 18 ਲੀਟਰ ਤੁਸੀਂ ਤਸੱਲੀ ਕਰ ਸਕਦੇ ਹੋ, ਠੀਕ ਆ ਜੀ, ਜਿਹੜਾ ਬਿਲਕੁਲ ਕੰਡੇ 'ਤੇ ਚੜ੍ਹਵਾਂ ਦੁੱਧ। ਬਾਕੀ ਥਾਣ ਥੋਣ ਪੂਰੀ ਕੁਆਲਿਟੀ ਵਾਲਾ, ਮੁੱਠੀ ਵਾਲਾ ਥਾਣਾ, ਆਰਡਰ ਕੁਆਲਿਟੀ ਵੱਡੀ ਆ, ਠੀਕ ਹੈ ਜੀ, ਵੱਡਾ ਸਾਈਜ਼ ਆ, ਸਰੀਰਕ ਢਾਂਚਾ ਵੀ ਕਾਫੀ ਵੱਡਾ ਬੈਡ ਦਾ। ਤੇ ਬਾਕੀ ਬੱਚਾ ਬਈ ਕਿਹੜਾ ਆ ਗਿਆ ਸੀ? ਬੱਚਾ ਭਾਜੀ ਇਹਦੇ ਮਗਰ ਆ ਉੱਧਰ ਆ, ਉਹ ਡੱਬਾ ਬੱਚਾ ਜੀ, ਬੱਚਾ ਬੱਚਾ, ਆ ਬੱਚਾ ਭਾਜੀ, ਠੀਕ ਆ, ਆ ਬੱਚਾ ਆ ਜਾ, ਠੀਕ ਆ। ਬਾਕੀ ਚਵਾਜ ਚੰਗਾ ਸੋਹਣਾ ਜੀ? ਹਾਂਜੀ, ਚਵਾਈ ਚੰਗਾ ਆਂਦਾ ਭਾਜੀ, ਇਹ ਨੰਬਰ ਇੱਕ ਆ ਚਵਾ, ਇਹ ਤਾਂ ਗੱਲ ਹੀ ਕੋਈ ਨਹੀਂ ਮੇਰਾ ਵੀਰੇ ਦੀ, ਠੀਕ ਆ। ਚਵਾ ਭਾਜੀ ਚਾਰ ਹੀ ਗਾਈਆਂ ਦੇ, ਤਿੰਨਾਂ ਦੇ ਨਾ ਸੂਈਆਂ ਦੇ, ਸਿਰੇ ਤੋਂ ਸਿਰੇ ਹੀ ਇੱਕ ਦੂਜੇ ਤੋਂ ਵੱਧ ਕੇ ਤਾਂ ਵੱਧ ਕੇ ਹੀ ਆ। ਤਾਂ ਠੰਡੀਆਂ ਵੀ ਪੂਰੀਆਂ, ਠੰਡੀਆਂ ਪੂਰੀਆਂ, ਪਰ ਅਸੀਂ ਜਾਣਾ ਪਾਵੇ ਨਾ ਪਾਵੇ, ਨਹੀਂ ਪਾਉਣੀ ਪਾ ਲਓ, ਨਹੀਂ ਪਾਉਣੀ ਨਾ ਪਾਓ ਭਾਜੀ। ਤੇ ਮੁੱਲ ਭਾਈ ਕਿੰਨਾ ਫਿਰ ਇਹਦਾ ਕਰਤਾ? ਮੁੱਲ ਯਾਰ ਭਾਜੀ ਜੈਜ ਹੀ ਰੱਖਣਾ ਇਹਦਾ ਵੀ। ਅੱਛਾ ਜੀ, ਮੁੱਲ ਦਾ ਭਾਜੀ 62 ਕਰਾ ਲਾ, 60 ਕਰਾ ਲਾ, 58,000 ਦੀ ਦੇ ਦਾਂਗੇ, ਤਾਂ ਆਏਗਾ ਵੀਰ ਦਾ ਮਾਣ ਕਰਾਂਗੇ ਜ਼ਰੂਰ, 58 ਚੋਂ ਵੀ ਕਰਾਂਗੇ। ਲਓ ਜੀ 58,000 ਦੇ ਵਿੱਚੋਂ ਵੀ ਜਿਹੜਾ ਦੋਸਤੋ ਫੋਨ ਕੰਟੈਕਟ ਕਰ ਲਿਓ, ਉਹਦੇ 'ਚੋਂ ਵੀ 58,000 ਦੇ ਵਿੱਚੋਂ ਵੀ ਕੁਛ ਹੋਰ ਛੱਪਾ, ਤੁਹਾਡੀ ਮਰਜ਼ੀ ਦਾ ਥੋੜ੍ਹਾ ਬਹੁਤਾ ਜਿੰਨਾ ਵੀ ਹੋ ਸਕਿਆ ਉਹ ਜ਼ਰੂਰ ਗੁੰਜਾਇਸ਼ ਮੁਤਾਬਕ ਕੀਤਾ ਜਾਊਗਾ, ਠੀਕ ਆ।
ਸੋ ਹਵਾਨੇ ਦੀ ਕੁਆਲਿਟੀ ਚੰਗੀ ਹੈ, ਚਵਾ ਚੰਗਾ। ਇਸ ਤੋਂ ਬਾਅਦ ਇੱਕ ਤੀਜੇ ਨੰਬਰ 'ਤੇ ਤੁਹਾਨੂੰ ਇੱਕ ਬੈਡ ਦਿਖਾਉਣੇ ਆ, ਗੱਬਣ ਆ ਭਾਅ ਜੀ, ਅਤੇ ਗੱਬਣ ਬੈਡ ਆ, ਹਾਈਟ ਮੀਡੀਅਮ ਆ, ਠੀਕ ਆ ਜੀ, ਮੀਡੀਅਮ ਹਾਈਟ ਦੇ ਵਿੱਚ ਆ, ਅਤੇ ਗੱਬਣ ਆ, ਅਤੇ ਸੂਹਾ ਵੀਰ ਕਿਨਮਾ ਸੂਹ ਵੀ ਹੈ ਸੂਹਾ ਸੰਧੂ ਸਾਹਿਬ, ਆਪਾਂ ਪੂਰੇ ਰੱਖਣਾ ਮੇਰਾ ਵੀਰ, ਸੂਹਾ ਤੀਜਾ ਹੀ ਸੁਣਾ ਜਾ ਰਹੇ ਨੇ ਆਪਾਂ, ਪਹਿਲਾਂ ਗੱਲਾਂ ਕਰਦੇ ਹਾਂ, ਅੱਜ ਕੱਲ੍ਹ ਵਪਾਰੀਆਂ ਵੀਰਾਂ ਦਾ ਵੀ ਚਲੋ ਹਜ਼ਾਰ ਆ, ਵੀ ਜੇ ਚੌਥੇ ਸੂਹੇ ਤੇ ਉਹਨੂੰ ਦੂਜੇ ਸੂਹੇ ਕਹੀ ਜਾਂਦੇ ਆ, ਨਹੀਂ ਸੂਹਾ ਆਪਾਂ ਮਤਲਬ ਇਹ ਵੀ ਓਰਿਜਿਨਲ ਜੀ ਗੱਲ, ਆਪਾਂ ਇਹ ਨਹੀਂ ਕਹਿਣਾ ਵੀ ਘਰ ਵਾਲਿਆਂ ਦੂਜੇ ਕਹੀ ਆ ਵੀ ਆਪਾਂ ਤੀਜੇ ਕਰਕੇ ਲਈ, ਆਪਾਂ ਤੀਜੇ ਹੀ ਲਈ ਆ, ਕਹਿ ਕੇ ਤੀਜੇ ਹੀ ਹੈਗੀ ਆ, ਤੀਜੇ ਮੰਨ ਕੇ ਖਰੀਦੀ ਆ, ਤੀਜਾ ਹੀ ਅੱਗੇ ਭਰਾਵਾਂ ਨੂੰ ਦੱਸਣ ਦਿਆ ਵੀ ਵੀ ਤੀਜਾ ਸੂਹਾ ਹੀ ਸੁਣੀ ਆ, ਠੀਕ ਆ, ਹੁਣ ਠੰਡੀ ਸੀਰ ਬੱਚੀ ਬਹੁਤ ਆ ਭਾਜੀ, ਬਾਕੀ ਸਾਨੂੰ ਤੁਹਾਨੂੰ ਪੂਰਾ ਲੱਗਾ ਮੱਝਾਂ ਵਾਲਾ ਵੇਖੋ ਜੀ, ਬੈਠੀ ਸੁਣਦੀ ਨਹੀਂ ਭਾਜੀ, ਆਹ ਲਓ ਜਿਹੜੇ ਬੰਨੇ ਦੋਸਤੋ ਮਰਜ਼ੀ ਤਸੱਲੀ ਕਰ ਲਿਓ, ਸੱਜੇ ਖੱਬਿਓ ਅੱਗੇ ਪਿੱਛਿਓ, ਅਤੇ ਸੀਲ ਸਾਊਗਾ ਪੂਰੀ, ਪਤਾ ਨਹੀਂ ਲੱਗਣ ਡਿਆ ਵੀ ਖਾਣਾ ਨੂੰ ਟੱਚ ਹੋ ਰਿਹਾ, ਅਤੇ ਬਿਲਕੁਲ ਦਿਨ ਹਜੇ ਕਿੰਨੇ ਕੁ ਲੈ ਜੂ ਵੀਰੇ, ਭਾਜੀ ਲੈ ਜਾਣੇ ਹਫ਼ਤਾ ਵੀ ਲੈ ਜਾਵੇ, ਅਤੇ ਪੰਜ ਛੇ ਦਿਨ ਲਓ ਵੀ ਦੋਸਤੋ, ਇੱਕ ਹਫ਼ਤਾ ਤੁਸੀਂ ਘੱਟੋ ਘੱਟ ਮੰਨ ਲਓ, ਇੱਕ ਹਫ਼ਤਾ ਮੰਨ ਲਓ, ਅਤੇ ਵੈੜ ਪੂਰੀ ਸ਼ਰੀਫ ਆ, ਠੰਡੀ ਧੀਰੀ ਆ, ਸਾਊ ਸੀਲ ਪੂਰੀ ਆ, ਠੀਕ ਆ, ਅਤੇ ਥਣ ਕੁਆਲਿਟੀ ਵਾਲਾ ਪੂਰਾ, ਅਤੇ ਵਿੱਥ ਬੂਥ ਵੀ ਕਈ ਵਾਰ ਹੁੰਦਾ ਪਸ਼ੂ ਜੋੜ ਕੇ ਜੇ ਥਣ ਰੱਖਦਾ, ਸੋ ਇੱਥੇ ਤੁਸੀਂ ਵੇਖੋਗੇ ਪੂਰਾ ਨਖੇੜ, ਆਪਸੀ ਥਣਾਂ ਦਾ ਨਖੇੜ ਜਿਹੜਾ ਪੂਰਾ ਹੈਗਾ, ਅਤੇ ਆ ਲਿਓ ਜੀ ਚਲੋ ਜੀ, ਘਰੇਲੂ ਵੀਰ ਨੇ ਘਰੇ ਰੱਖਣੀ ਆ, ਮੈਨੂੰ ਲੱਗਦਾ ਵੀ ਭਾਈ ਫਾਇਦੇ ਵਾਲਾ ਸੌਦਾ ਹੈ, ਪਸ਼ੂ ਚਲੋ ਕੋਈ ਵੀ ਖਰੀਦੇ ਕਿਸੇ ਦੀ, ਕਿਸੇ ਵੈੜ ਪਸ਼ੂ ਦੀ ਜਿਹੜੀ ਸਮਝ ਆਉਣੀ ਕਿਸੇ ਨੂੰ ਕੁਛ ਆਉਣੀ ਸਮਝ, ਪਰ ਇਹ ਜਿਹੜੀ ਵੈੜ ਘਰੇਲੂ ਰੱਖਣ ਵਾਸਤੇ ਬਹੁਤ ਬੈਸਟ ਹੈ, ਤੇ ਆ ਲਓ ਜੀ, ਬਿਲਕੁਲ ਸੌਦਾ ਤੁਹਾਨੂੰ ਜਿਹੜਾ ਪਸੰਦ ਆਊਗਾ, ਵੀ ਇਹ ਨੀ ਹੈਗਾ ਵੀ ਕੋਈ ਨਜਾਇਜ਼ ਆ, ਜਾਇਜ਼ ਮੁੱਲ ਆ, ਠੀਕ ਆ, ਤੇ ਅੱਜ ਵੀਰ ਵੀ ਜਿਹੜੇ ਚਲੋ ਆਪੋ ਆਪਣੀ ਸਮਝ ਆ ਕਿਸੇ ਦੀ ਵੀ ਜਾਇਜ਼ ਮੁੱਲ ਵੈਸੇ ਵੀਰ ਨੇ ਕੀਤੇ ਆ, ਬਾਕੀ ਤੁਸੀਂ ਆਪਦੀ ਘਰ ਵਿਜਿਟ ਕਰਕੇ ਆਪਦੀ ਸਮਝ ਨਾਲ ਵੀ ਵੇਖ ਸਕਦੇ ਹੋ, ਪਸ਼ੂ ਥਾਂ ਥੋਣੋਂ ਬਹੁਤ ਵਧੀਆ ਚੰਗੀ ਵੇਖੀ ਵਾਲਾ। ਇਸ ਤੋਂ ਬਾਅਦ ਇੱਕ ਜਰਸੀ ਤੁਹਾਨੂੰ ਅੱਛੀ ਦਿਖਾਉਣੀ, ਦੱਸੋ ਜਰਸੀ ਵੈੜ ਦਿਖਾਉਣੇ ਆ, ਅਤੇ ਇਹ ਬਿਲਕੁਲ ਸੂਈ ਸਵਾਈ ਆ, ਠੀਕ ਆ, ਹਾਜ਼ਰ ਦੁੱਧ ਆ, ਆਪਦੀ ਚਵਾਈ ਕਰ ਸਕਦੇ ਹੋ। ਅੱਛਾ ਵੀਰ, ਸੂਹਾ ਇਹਦਾ ਕਿੰਨਾ ਹੋਊਗਾ? ਦੂਜਾ ਭਾਜੀ, ਇਹਦਾ ਪਿਓ ਦੂਜਾ ਸੂਹਾ, ਜਵਾਨੀ ਦੇ ਦੰਦ ਬਰਾਬਰ ਕਰਦੀ ਭਾਜੀ, ਦੂਜਾ ਸੂਹਾ, ਦੂਜਾ ਸੂਹਾ, ਤੇ ਡੇਢ ਕਿੰਨੇ ਕੋ ਕਿੰਨੇ ਸੂਹੀ ਇਹਦਾ ਭਾਜੀ? ਅੱਜ ਇਹਨੂੰ 6 ਦਿਨ ਹੋਏ, 5-6 ਦਿਨ ਸੂਹੀ, 5-6 ਦਿਨ, ਬੱਚਾ ਥੱਲੇ ਕੀ ਹੁੰਦਾ? ਬੱਚਾ ਭਾਜੀ, ਬੱਚਾ, ਤੇ ਬਿਲਕੁਲ ਰੰਗ ਇਹਦਾ ਦੱਸੋ ਲਾਲ ਰੈਡਰ ਕਲਰ ਦੇ ਵਿੱਚ ਆ, ਠੀਕ ਆ, ਜਰਸੀ ਵੈੜ ਆ ਸੂਹਾ ਦੂਜਾ, ਬਾਕੀ ਥਣ ਥੁਣ ਤੁਹਾਨੂੰ ਆਪ ਖਾਉਣੀ ਆ, ਦੇਖੋ ਜੀ ਸਵਾਹ ਬਹੁਤ ਖਰਾ ਭਾਜੀ, ਬੜੀ ਠੀਕ ਆ ਜੀ, ਆਹ ਥਣ ਜੇ, ਤੇ ਦੁੱਧ ਵੀਰ ਕਿੰਨਾ ਕੁਣ ਹਾਜ਼ਰ ਆ? ਮਗਰ ਬਿਲਕੁਲ ਤੇ 6ਵਾਂ ਦਿਨ ਅੱਜ, ਤੇ ਅੱਜ 12-13 ਦੇ ਉੱਪਰ ਜਿਹੜਾ ਦੋਸਤੋ ਖਾਣਾ ਚੱਲਦੀ, ਬਾਕੀ ਕੋਈ ਚੰਗੀ ਸੇਵਾ ਕਰ ਲੈ, ਕਿਲੋ ਅੱਧਾ ਕਿਲੋ ਕਿਲੋ ਖੰਡ ਵੱਧ ਨਹੀਂ ਸਕਦਾ ਜ਼ਿਆਦਾ, ਬਦੂ ਭਾਜੀ ਦੁੱਧ ਵਧਾਓਗੀ ਬਾਲਾ, ਤੇ ਚਾਰ 15-16 ਕਿਲੋ ਦੁੱਧ ਨਹੀਂ ਕੋਈ ਗੱਲ, ਜਿੰਨੀ ਚਵਾ ਲੱਗਾ ਬੈੜੀ ਨੂੰ ਜਵਾਬ ਹੋ ਲੱਗਾ ਭਾਜੀ, ਠੀਕ ਹੈ ਜੀ, ਮੁੱਠੀ ਦਾ ਖਾਣਾ ਤੇ ਖੋਲ ਕੇ ਤੁਹਾਨੂੰ ਦਿਖਾਉਣੇ ਆ ਦੋਸਤੋ,
ਤੇ ਬਾਈ ਵੀਰ ਕਹਿੰਦਾ ਵੀ ਘੱਟੋ ਘੱਟ ਵੀ 15 ਤੋਂ ਪਲੱਸ ਆਉਂਦਾ ਕੁਛ ਨਹੀਂ ਗਾ, ਪੂਰੀ ਨਿੱਗਰ ਆ ਦੋਸਤੋ, ਲਹੂ ਪਿੱਤ ਵਾਲੀ ਆ ਵੇਖੋਗੇ ਤੁਸੀਂ, ਅਤੇ ਰੈੱਡ ਕਲਰ ਆ ਮੂੰਹ ਮੱਥੇ ਦੀ ਫੇਸ ਕੁਆਲਿਟੀ ਜਿਹੜੀ ਦੋਸਤੋ ਤੁਸੀਂ ਆ ਵੇਖੋ, ਆਹ ਥਣ ਭਾਂਡਾ ਵੇਖ ਸਕਦੇ ਹੋ। ਚਵਾਈਆਂ ਦੀ ਹੋਈ ਆ ਵੀਰ, ਮੋਰਨਿੰਗ 5 ਵਜੇ ਦੀ ਕਰ ਲਈ ਸੀ, ਠੀਕ ਆ। ਆਹ ਲਓ ਜੀ, ਆਹ ਲਓ ਜੀ, ਲਿਓ ਜੀ, ਲਓ ਵੀ ਭਰਾਵੋ ਕਰੋ ਚੈੱਕ, ਠੀਕ ਆ। ਅਤੇ ਕਰ ਲਿਓ ਦੁਆਬੇ ਵਿਜਿਟ, ਬਿਲਕੁਲ ਨਕੋਦਰ ਦੇ ਨਾਲ ਜਿਹੜਾ ਦੋਸਤੋ ਪਿੰਡ ਬਾਠਾ ਕਲਾਂ ਪਿੰਡ ਹੈਗਾ, ਤੁਸੀਂ ਖਾਸ ਵਿਜਿਟ ਕਰ ਲਿਓ। ਪਸ਼ੂ ਵਪਾਰ ਦਾ ਕੰਮ ਹੈ ਵੀਰ ਦਾ, ਜ਼ਰੂਰ ਸਪੋਰਟ ਵੀ ਕਰਨੀ, ਪਸ਼ੂ ਵੀ ਖਰੀਦਣੇ, ਆਪਦੀ ਤਸੱਲੀ ਵੀ ਕਰ ਲਿਓ ਘਰ ਪਹੁੰਚ ਕਰਕੇ, ਠੀਕ ਹੈ ਜੀ। ਅਤੇ ਬੈਡ ਜਿਹੜੀ ਆ ਦੋਸਤੋ ਤੁਹਾਨੂੰ ਲਾਸਟ ਦੇ ਵਿੱਚ ਦਿਖਾਈ ਆ, ਜਰਸੀ ਬੈਡ ਵੀ ਚੰਗੀ ਕਮਾਲ ਦੀ ਹੈ, ਠੀਕ ਆ। ਅਤੇ ਦੁੱਧ ਵੀਰਾਂ ਦਾ ਵੀ ਹੁਣ ਮੌਕੇ 'ਤੇ ਕੋਈ 13 ਲੀਟਰ ਤਸੱਲੀ ਕਰ ਲਿਆ। ਅੱਛਾ ਵੀਰ, ਜੇਕਰ ਕਿਸੇ ਵੀਰ ਨੇ ਮੰਨ ਲਾ ਵੀ ਔਨਲਾਈਨ ਸੌਦਾ ਕਰਨਾ ਤੁਹਾਡੇ ਨਾਲ, ਉਹ ਲਾਈਵ ਚੁਬਾਈ ਕਰਕੇ ਵੇਖਣਾ ਚਾਹੁੰਦਾ, ਮਾਰਾ ਮਾਰਾ ਕਰਾ ਦਾਂਗੇ ਭਾਜੀ, ਇੱਕ ਟਾਈਮ ਦੋ ਟਾਈਮ ਉਹ ਵੀ ਕਰਵਾ, ਤਿੰਨ ਟਾਈਮ ਗੱਲ ਵੀ ਭਾਜੀ ਯਾਰ, ਰੌਲਾ ਹੀ ਨਹੀਂ ਆਪਾਂ ਕਿਹੜਾ ਇਹਦੇ ਵਿੱਚ ਕੋਈ ਚੋਰੀ ਆ ਭਾਜੀ, ਬਿਲਕੁਲ ਬਿਲਕੁਲ, ਚਾਰ ਟਾਈਮ ਗੱਲ, ਤਿੰਨ ਟਾਈਮ ਗੱਲ, ਠੀਕ ਆ। ਇਹ ਫਿਰ ਆਪਾਂ ਲੈਣ ਦੇਣ ਦਾ ਕਿੱਥੋਂ ਕੁ ਤੱਕ ਦੇ ਦਾਂਗੇ ਲੈਣ ਦੇਣ ਭਾਜੀ? ਇਹਦਾ ਮੁੱਲ 50 ਕਰ ਲਈਏ, ਹਾਂ 48 ਕਰ ਲਈਏ, ਹਾਂ ਇਹ 46,000 ਦੀ ਹਾਂ ਨਾ ਦੇ ਦਾਂਗੇ ਭਾਜੀ, 46,000 ਦੀ ਮਾਨ ਤਾਂ ਕਰਾਂਗੇ ਭਰਾ ਦਾ, ਇਹ ਇਹਦਾ ਠੀਕ ਆ ਜੀ, ਹਾਂ 46 ਜੋ ਵੀ ਜ਼ਰੂਰ ਕਰ ਦਿਓ, ਕਰ ਦਾਂਗੇ ਭਾਜੀ, ਕਰ ਦਾਂਗੇ। ਅੱਜ ਫਿਲਹਾਲ ਪਸ਼ੂ ਆਪਣੇ ਕੋਲ ਆ ਸੀ ਹੈ ਨਾ ਜੀ, 4 ਭਾਜੀ 4, ਠੀਕ ਹੈ ਵੀਰੇ। ਤੇ ਬੋਲੀਏ ਆਪਣੇ ਸੰਪਰਕ ਨੰਬਰ 95924 4239, ਠੀਕ ਹੈ ਜੀ, ਹਾਂਜੀ। ਇਹ ਦੋਸਤੋ ਨੰਬਰ ਵੀਰ ਦੇ ਮੈਂ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਕਰ ਦੇਣੇ ਆ, ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ 4 ਨਗ ਦਿਖਾਉਣੇ ਸੀਗੇ, ਠੀਕ ਹੈ ਜੀ। ਹਾਂ ਭਾਜੀ ਦੇਖੀ ਵਾਲੇ ਕੱਟੀ ਕਰਿਓ ਕੋਈ, ਇਹ ਉਹ ਕੱਟੀ ਕੱਟੀ ਆ ਜੀ ਭਾਜੀ, ਇਹ 2 ਕੱਟੀਆਂ ਆ, ਹਾਂ ਇਹ ਸ਼ਕੀਨ ਕੱਟੀਆਂ, ਇਹ ਚੰਗੀਆਂ ਮਾਵਾਂ ਦੀਆਂ ਧੀਆਂ, ਇਹ ਜੇ ਕੋਈ ਮੇਰਾ ਵੀਰ ਰੱਖਣ ਵਾਲਾ ਹੋਵੇ ਪਾਲਣ ਵਾਲਾ ਉਹਨੂੰ ਦੇਣੀਆਂ, ਹੋਰ ਬੰਦਾ ਕੰਟੈਕਟ ਨਾ ਕਰੇ ਆਪਣੇ ਨਾਲ, ਬਲਕਿ 2 ਨੰਬਰ ਵਾਲਾ ਮਾਲ ਵਾਲਾ ਨਾ, ਬਿਲਕੁਲ ਵੀ ਨਹੀਂ ਭਾਜੀ, ਘਰੇ ਰੱਖਣ ਵਾਲਾ ਨੂੰ ਸਾਂਭ ਲਵੇ ਜਿਹੜਾ, ਉਹਨੂੰ ਇਹ ਆਈ ਦੇ ਕੰਮ ਤੋਂ 6-6 ਮਹੀਨੇ ਸਾਂਭ ਕੇ ਹੋ ਜਾਣਗੀ ਭਾਜੀ, ਆ ਤਾਂ ਕੱਟੀ 2 ਮਹੀਨੇ ਤੱਕ ਆਸੇ ਹੋ ਜਾਣੀ, ਆਸੇ ਹੋ ਜੂਗੀ, ਹੈ ਲੱਗਣ ਬਣਦੇ ਲੱਗ ਗਏ, ਕਿੰਨੀ ਦੇਖ ਭਾਜੀ, ਬੜੀ ਕੁੰਡੀ ਚੂਰੇ, ਆਹ ਵੇਖੋ ਖੀਰੀਆਂ ਕੱਟੀਆਂ ਭਾਜੀ, ਖੀਰੀਆਂ ਮੂੰਹੋਂ ਦੰਦੋਂ ਖੀਰੀਆਂ ਦੋਸਤੋ, ਤੇ ਵੇਖੋ ਸਿੰਕ ਕਿਵੇਂ ਘੜ ਕੇ ਲਗਾਏ, ਨਾਲ ਖੁੱਤੀ ਜਲਾ ਲਿਆ, ਬਿਲਕੁਲ ਦੋ ਕੱਟੀਆਂ ਬਿਲਕੁਲ ਲੱਗਦੀਆਂ ਸਗੀਆਂ ਭੈਣਾਂ ਹੁੰਦੀਆਂ ਨੇ, ਆਹ ਵੇਖੋ, ਆਹ ਕਰੋ ਚੈੱਕ ਜੀ, ਫੇਸ ਕੁਆਲਿਟੀ ਵੇਖੋ, ਬਿਲਕੁਲ ਸਰੀਰ ਘਟਾਂਚਾ ਵੇਖੋ, ਤੇ ਘੱਟੋ ਘੱਟ ਵੀ ਮੇਰੇ ਅਕੋਰਡਿੰਗ ਦੋਸਤੋ ਜਿਹੜੀ ਪਹਿਲੀ ਆ ਵੀਰ ਦਾ ਵੀ 2 ਮਹੀਨੇ, ਚਲੋ 5-6 ਮਹੀਨੇ ਸਾਂਭ ਕੇ, ਏ ਆਈ ਦੇ ਬਿਲਕੁਲ ਕਾਬਲ ਨੇ, ਠੀਕ ਆ। ਕੁੰਡੀਆਂ ਕੰਢੀਆਂ ਪੂਰੀਆਂ ਨੇ, ਸਿੰਗੀਆਂ ਸੁੰਗੀਆਂ ਬਹੁਤ ਜ਼ਿਆਦੀਆਂ ਪਿਆਰੀਆਂ ਤੇ ਪਸੰਦ ਆਉਣਗੀਆਂ ਤੁਹਾਨੂੰ, ਉਮਰ ਜਿਹੜੀ ਹੋਊਗੀ 1.5-1.5 ਸਾਲ, ਨਹੀਂ ਭਾਜੀ ਇਹਦੀ ਤਾਂ 2 ਸਾਲ ਦੀ ਆ ਕੇ, 1.5-2 ਸਾਲ ਦੀ ਆ, ਆਹ 1.5 ਸਾਲ ਦੀ ਕੱਟੀ, ਆਹ ਜਿਹੜੀ 1.5 ਸਾਲ ਦੀ ਆ, ਤੇ ਜਿਹੜੀ ਪਹਿਲੇ ਨੰਬਰ 'ਤੇ ਤੁਹਾਨੂੰ ਦਿਖਾਈ ਆ ਦੋਸਤੋ, ਉਹ ਹੈਗੀ ਹੈ 2 ਸਾਲ ਦੇ ਨੀਅਰ ਅਬਾਊਟ, ਅਤੇ ਕੱਟੀਆਂ ਬੜੀਆਂ ਚੰਗੀਆਂ ਨੇ, ਸੋਹਣੀਆਂ ਨੇ, ਕਿਸੇ ਘਰ ਵੀਰ ਕਿਸੇ ਸ਼ੌਕੀਨ ਨੇ ਰੱਖਣੀਆਂ ਨੇ, ਜ਼ਰੂਰ ਸੰਪਰਕ ਕਰ ਲਿਓ, ਠੀਕ ਆ। ਵੱਡੀਆਂ ਮੱਝਾਂ ਬਹੁਤ ਬੇਮੁੱਲੀਆਂ ਹੋਈਆਂ ਪਈਆਂ ਦੋਸਤੋ, ਮੁੱਲ ਭਾਜੀ ਇਹ ਕੋਈ ਨਾ ਬੰਦਾ 2 ਨੰਬਰ ਨੂੰ ਦੇਣ ਲੱਗਾ ਸੀ ਕੱਟੀਆਂ, ਆਪਾਂ 2 ਨੰਬਰ ਨੂੰ 2000 ਘੱਟ ਦਿੱਤੀਆਂ, ਆਪਾਂ ਨੂੰ ਵੀ ਰੱਖਣ ਨੂੰ ਕੱਟੀਆਂ ਆ, ਹਾਂਜੀ ਹਾਂਜੀ, ਸਾਂਭਣ ਨੂੰ ਵੀ ਆਪਾਂ 2000 ਘੱਟ ਲੈ ਕੇ ਆਏ ਬੰਦੇ ਕੋਲ, ਠੀਕ ਆ ਵੀਰੇ। ਆ ਚੋੜੀ ਫਿਰ ਮੰਨ ਲਓ ਵੀ ਜੇਕਰ ਕਿਸੇ ਵੀਰ ਨੇ ਕੱਟੀ ਲੈਣੀ ਹੈ, ਹਾਂਜੀ ਇਹਨਾਂ ਦਾ ਭਾਜੀ ਫੋਨ ਤੇ ਕਰ ਲਾਂਗੇ, ਫੋਨ ਤੇ ਕਰ ਲਾਂਗੇ, ਤਾਂ ਮੇਰਾ ਵੀਰ ਬਾਰ-ਬਾਰ ਮੇਰੀ ਇਹੀ ਰਿਕੁਐਸਟ ਆ, ਕੱਟੀਆਂ ਦਾ ਭਾਜੀ ਮੈਨੂੰ ਬੰਦਾ ਉਹੀ ਫੋਨ ਕਰੇ ਜਿਹਨੇ ਘਰੇ ਰੱਖਣੀ ਕੱਟੀ, 2 ਨੰਬਰ ਵਾਲਾ ਨਾ ਕਰੇ ਮੇਰਾ ਵੀਰ, ਆਪਾਂ ਦੇਣੀਆਂ ਨਹੀਂ, ਆਪ ਰੱਖ ਲਾਂਗੇ ਘਰੇ ਸਾਈਡ ਤੇ ਖੜੀਆਂ ਕਰ ਦਾਂਗੇ, ਵੀ ਇਦਾਂ ਨਹੀਂ ਦੇਣੀਆਂ ਕਿਸੇ, ਸਹੀ ਆ। ਲਓ ਵੀ ਦੋਸਤੋ ਜਿਹਨੇ ਘਰੇ ਰੱਖਣਾ ਪਸ਼ੂ, ਉਹ ਜ਼ਰੂਰ ਤੁਸੀਂ ਸੰਪਰਕ ਕਰ ਲਿਓ, ਠੀਕ ਆ। ਇੱਕ ਰਿਕੁਐਸਟ ਆ ਵੀਰ ਵੱਲੋਂ,
ਵੀ ਦੋ ਨੰਬਰ ਵਾਲੇ ਮਾਲ ਤੇ ਇੱਥੇ ਬਹੁਤ ਭੈਣ ਭਰਾ ਉੱਥੇ ਵਧੇਰੇ ਤੁਰੇ ਫਿਰਦੇ ਬਹੁਤ ਆਉਂਦੇ ਭਾਜੀ ਇਸ ਕਰਕੇ ਵੀ ਜਿਹਨੇ ਘਰੇ ਸ਼ੌਂਕੀਆ ਤੌਰ ਤੇ ਸਾਂਭਣੀਆਂ ਕੁੰਡੀਆਂ ਚੂਰ ਨੇ ਐ ਬਿਲਕੁਲ ਖੁੱਤੀ ਚ ਲੱਗਿਆ ਦੋਸਤੋ ਸਿੰਘ ਵੀ ਥਣੀ ਥੁਣੀ ਬਹੁਤ ਘੈਂਟ ਲੱਗੀ ਆ ਆ ਲਓ ਚਾਰੇ ਥਾਣਾ ਵੇਖੋ ਆ ਕਰੋ ਚੱਕ ਵੱਟ ਫੁੱਟ ਵੇਖੋ ਝੋਲੀ ਵੇਖੋ ਠੀਕ ਆ ਜੀ ਇਹੋ ਗਾਂ ਦੋਸਤੋ ਝੋਟੀਆਂ ਬਣ ਕੇ ਕੱਟੀਆਂ ਤੋਂ ਝੋਟੀਆਂ ਤੋਂ ਇਹਨਾਂ ਬਣ ਕੇ ਗਾਂ ਮੱਝਾਂ ਝੋਟੀਆਂ ਵੱਡੀਆਂ ਬਣਨਾ ਅਤੇ ਮੁੱਲ ਫੋਨ 'ਤੇ ਹੋ ਜੂਗਾ ਨੰਬਰ ਤੁਸੀਂ ਦਿੱਤੇ ਹੋਏ ਤਾਂ ਸੰਪਰਕ ਕਰ ਲਿਓ ਠੀਕ ਹੈ ਜੀ ਅਤੇ ਜੋੜੀ ਆ ਜਿਹੜਾ ਵੀਰ ਜੋੜੀ ਪਾ ਲਓ ਤਾਂ ਪਰ ਨਵਾਈਆਂ ਧਵਾਈਆਂ ਨਹੀਂ ਹਜੇ ਠੀਕ ਹੈ ਭਰਾ ਠੀਕ ਹੈ ਅਤੇ ਆਹ ਝੋਟੀਆਂ ਬਿਲਕੁਲ ਜਿਹੜੇ ਦੋਸਤੋ ਕੱਟੀਆਂ ਝੋਟੀਆਂ ਵੀਰ ਦੇ ਕੋਲ ਨੇ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਠੀਕ ਆ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ